ਅੰਮ੍ਰਿਤਸਰ ਰੇਲਵੇ ਟਰੈਕ ਹਾਦਸੇ ਦੇ ਪੀੜਤ 7 ਦਿਨਾਂ ਤੋਂ ਧਰਨੇ ਉੱਤੇ ਬੈਠੇ ਹੋਏ ਹਨ ਪਰ ਅਜੇ ਤੱਕ ਕੋਈ ਵੀ ਸਰਕਾਰੀ ਨੁਮਾਇੰਦਾ ਜਾਂ ਅਧਿਕਾਰੀ ਪੀੜਤਾਂ ਦੀ ਸੁਧਬੁੱਧ ਲੈਣ ਨਹੀਂ ਪਹੁੰਚਿਆ। ਇਸ ਦੌਰਾਨ ਧਰਨਾਕਾਰੀਆਂ ਨੇ ਅੰਮ੍ਰਿਤਸਰ ਦੇ ਹੌਲ ਬਾਜ਼ਾਰ ਤੋਂ ਭੰਡਾਰੀ ਪੁਲ ਤੱਕ ਰੋਸ ਮਾਰਚ ਵੀ ਕੱਢਿਆ, ਜਿਸ ਵਿੱਚ ਔਰਤਾਂ, ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਪੀੜਤ ਅਰੁਣਾ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੇ ਪਤੀ ਅਤੇ ਦਿਓਰ ਦੀ ਮੌਤ ਹੋ ਗਈ ਸੀ, ਪਰ ਸਰਕਾਰ ਵੱਲੋਂ ਇਸ ਦੌਰਾਨ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ, ਜਿਸ ਕਾਰਨ ਉਹ ਧਰਨੇ ਉੱਤੇ ਬੈਠੇ ਹੋਏ ਹਨ। ਮੇਰਾ ਨਾਮ ਅਰੁਣਾ ਹੈਗਾ। ਮੇਰੇ ਪਤੀ ਤੇ ਮੇਰੇ ਦੇਵਰ ਕੀ ਮੌਤ ਹੋਈ ਹੈਗੀ ਇਸ ਹਾਦਸੇ ਮੇਂ। ਮੇਰੇ ਬੱਚੇ ਪੜ੍ਹਨੇ ਲਿਖਨੇ ਵਾਲੇ ਥੇ ਤੋ ਆਜ ਸੜਕੋਂ ਪਰ ਆਕਰ ਬੈਠੇ। ਆਜ ਹਮਾਰੇ ਜੈਸੇ ਪੁੱਛੇਗੀ ਹਮ ਲੋਗ ਯੇ ਕਿਆ ਬੀਤ ਰਹੀ ਹੈਗੀ। ਚਾਹੇ ਸਰਕਾਰ ਕੀ ਤਰਫ ਸੇ ਨਹੀਂ ਮਿਲਾ ਨਾ ਹਮਨੇ ਉਨਸੇ ਮਾਂਗਾ ਤੋ ਜੋ ਉਨ੍ਹੋਂ ਨੇ ਵਾਅਦੇ ਕਰੇ ਸੀ ਵਹੀ ਕਹਤੇ ਨੇ ਪੂਰੇ ਕਰ ਦੋ। ਹਮਾਰੇ ਬੱਚੋਂ ਕੋ ਸੜਕ ਪਰ ਲਾ ਕਰ ਬਿਠਾ ਦਿਆ। ਆਜ ਹਮਾਰੀ ਆਤਮਾ ਰੋ ਰਹੀ ਹੈ। ਭਗਵਾਨ ਕਰੇ ਵੋ ਵੀ ਸਭ ਯਹੀ ਪਰ ਆ ਕੇ ਸੜਕ ਪਰ ਬੈਠ ਜਾਏ। ਆਜ ਹਮਾਰੇ ਬੱਚੇ ਸੜਕ ਪਰ ਬਿਠਾ ਕੇ ਲਾ ਗਏ ਬਿਠਾ ਗਏ। ਆਪਕੀ ਕਿਆ ਮਾਂਗ ਹੈ? ਕਬ ਤੱਕ ਨਹੀਂ ਹਮਾਰੀ ਮਾਂਗ ਅਪਨੇ ਬੱਚੋਂ ਕੋ ਚਾਹਤਾ ਹੈ। ਹਮਾਰੇ ਸਿਰ ਪਰ ਕੋਈ ਕਮਾਨੇ ਵਾਲਾ ਨਹੀਂ ਹੈ। ਹਮਾਰੇ ਬੱਚੋਂ ਕੋ ਜੋਬ ਦੀ ਜਾਏ, ਕਾਮ ਕਰਨੇ ਲਗੇ। ਹਮ ਉਨਸੇ ਯੇ ਨਹੀਂ ਕਹਿ ਰਹੇ ਕਿ ਹਮੇ ਵੋ ਬੈਠਾ ਕੇ ਖਿਲਾਏ। ਹਮ ਖੁਦ ਆਪਣੇ ਹੱਥ ਪੈਰ ਚਲਾ ਕੇ ਕਾਮ ਕਰ ਲੇਂਗੇ। ਹਮੇ ਵੋ ਕਾਮ ਦੇ ਬਸ, ਔਰ ਕੁਛ ਨਹੀਂ ਹਮ ਚਾਹਤੇ ਹੈਗੇ ਉਨਸੇ। ਔਰ ਕੁਛ ਨਹੀਂ ਮਾਂਗ ਰਹੇ ਕਿ ਉਨਸੇ ਬਿਲਡਿੰਗਾਂ ਮਾਂਗ ਰਹੇ ਹੈ, ਪੈਸਾ ਮਾਂਗ ਰਹੇ, ਕੁਛ ਨਹੀਂ ਮਾਂਗ ਰਹੇ। ਹਮਾਰੇ ਬੱਚੋਂ ਕੋ ਕਾਮ ਦੀਆ ਜਾਏ, ਯਾ ਆਗੇ ਕਾਮ ਕਰ ਸਕੇ, ਜੋ ਬਜ਼ੁਰਗ ਆਏਂਗੇ ਉਨਕੋ ਉਨਕੇ ਲਈ ਕੁਛ ਸਹਾਰਾ ਕਰਾ ਜਾਏ ਉਨਸੇ। ਔਰ ਕੁਛ ਨਹੀਂ ਮਾਂਗ ਰਹੇ ਹਮ ਲੋਗ ਆਏਂਗੇ। ਕੋਈ ਪਤਾ ਨਹੀਂ ਹੈ ਕਬ ਤੱਕ ਬੈਠ ਸਕਤੇ ਹੋ। ਸ਼ਾਇਦ ਕੁਛ ਔਰ ਵੀ ਇਸੇ ਵੀ ਬੁਰਾ ਹੋ ਸਕਤਾ ਹੈਗਾ, ਕੁਛ ਵੀ ਕਰ ਸਕਤੇ। ਇਸ ਟਾਈਮ ਹਮ ਲੋਗੋ ਕਾ ਦਿਮਾਗ ਇਤਨੇ ਜ਼ਿਆਦਾ ਖਰਾਬ ਹੋ ਚੁਕੇ ਕਿ ਹਮ ਕੁਛ ਵੀ ਸਖਤ ਕਰ ਸਕਤੇ। ਚਾਹੇ ਸੜਕ ਪਰ ਵੀ ਮਰ ਸਕਤੇ, ਚਾਹੇ ਟ੍ਰੈਕ ਪਰ ਵੀ ਜਾ ਕੇ ਮਰ ਸਕਤੇ, ਕੁਛ ਵੀ ਕਰ ਸਕਤੇ। ਹਮਾਰੇ ਘਰ ਮੇਂ ਕੋਈ ਵੀ ਨਹੀਂ ਹੈ ਕਮਾਨੇ ਵਾਲੇ। ਮੇਰੇ ਦੇਵਰ ਕੀ ਵੀ ਮੌਤ ਹੋ ਗਈ, ਮੇਰੇ ਪਤੀ ਕੀ ਵੀ ਮੌਤ ਹੋ ਗਈ ਹੈ, ਮੇਰੇ ਬੱਚੇ ਪੜ੍ਹਨੇ ਲਿਖਨੇ